ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਪੌੜੀ ਲਿਖੀ ਹੈ ਬੁਰਦਾ ਸੰਤੋਖ ਸਰਵ ਪਦ ਚੋਲੀ ਧਿਆਨ ਕੀ ਕਰੈ ਆਕਾਰ ਦੁਆਰੀ ਆਈ ਪੰਥੀ ਸਗਲ ਜਮਾਤੀ ਮਨ ਹੁਣ ਇਹ ਸਾਰਾ ਕੁਛ ਪੜ੍ਹ ਕੇ ਆਪਾਂ ਮੱਥਾ ਟੇਕ ਕੇ ਸਮਝ ਲੈਂਦੇ ਹਾਂ ਸਾਰੇ ਮਸਲੇ ਹੱਲ ਹੋ ਗਏ ਪੰਥ ਵੱਧ ਜਾਏਗਾ ਨਹੀਂ ਇਸ ਪੌੜੀ ਨੂੰ ਸਮਝਣ ਦੀ ਲੋੜ ਹੈ ਅਤੇ ਰਹਿ ਰਾਸ ਵਿੱਚ ਜੋ ਆਪਾਂ ਪੜ੍ਹਦੇ ਸੁਣਦੇ ਹਾਂ ਤਾਲ ਵਿੱਚ ਤਿੰਨ ਵਸਤੂ ਪਈ ਉਹ ਸੱਤ ਸੰਤੋਖ ਵਿਚਾਰ ਭਾਵ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਵਿਚਾਰ ਕਰਨ ਦੀ ਮੈਨੂੰ ਇਹ ਗੱਲ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਅਸੀਂ ਵਿਚਾਰ ਨਹੀਂ ਕਰਦੇ ਆਪਾਂ ਗੁਰਬਾਣੀ ਨੂੰ ਸੁਣ ਕੇ ਪੜ੍ਹ ਕੇ ਉਸ ਬਾਤ ਨੂੰ ਵਿਚਾਰਦੇ ਨਹੀਂ ਅਤੇ ਮੰਨਦੇ ਨਹੀਂ ਕਿਉਂਕਿ ਬਾਣੀ ਵਿੱਚ ਇਹ ਵੀ ਲਿਖਿਆ ਵਿਵੇਕ ਬੁੱਧ ਸਭ ਜਗ ਮੈਂ ਨਿਰਭਰ ਰਸ ਵਿਵੇਕ ਬੁੱਧੀ ਵਿਵੇਕ ਬੁੱਧੀ ਕਿਹੜੀ ਹੈ ਜਿਹੜੀ ਖਰੇ ਅਤੇ ਖੋਟੇ ਦੀ ਫਰਕ ਕਰਦੀ ਸਿੱਖ ਨੂੰ ਪਰਮਹੰਸ ਦਾ ਦਰਜਾ ਗੁਰਬਾਣੀ ਵਿੱਚ ਅਤੇ ਹੰਸ ਦੀ ਇਹ ਵਿਸ਼ੇਸ਼ਤਾ ਮੰਨੀ ਗਈ ਹੈ ਕਿ ਹੰਸ ਦੁੱਧ ਵਿੱਚ ਚੁੰਝ ਪਾ ਦੇਵੇ ਪਾਣੀ ਅਤੇ ਦੁੱਧ ਵੱਖੋ ਵੱਖ ਹੋ ਜਾਵੇ ਇਸੇ ਤਰ੍ਹਾਂ ਗੁਰਸਿੱਖ ਨੂੰ ਲੋੜ ਹੈ ਖਰੇ ਅਤੇ ਖੋਟੇ ਦੀ ਫਰਕ ਕਰਨ ਦੀ ਸੋ ਇਸ ਕਰਕੇ ਮੇਰੀ ਬੇਨਤੀ ਇੰਨੀ ਹੈ ਕਿ ਆਪਾਂ ਸਾਰੇ ਗੁਰਬਾਣੀ ਨੂੰ ਵਿਚਾਰ ਕੇ ਮੰਨਣਾ ਸ਼ੁਰੂ ਕਰੀਏ ਅਤੇ ਜੋ ਉੱਥੇ ਵਚਨ ਕੀਤਾ ਹੈ ਉਹਨੂੰ ਮੰਨ ਕੇ ਸਿੱਖ ਪੰਥ ਨੂੰ ਵਧਾਈ ਵਿਚਾਰਵਾਨ ਆਪਸ ਵਿੱਚ ਲੜਦੇ ਨਹੀਂ ਕਿ ਬਹੁਤ ਧਿਆਨ ਨਾਲ ਸੋਚਣ ਦੀ ਲੋੜ ਹੈ ਕਿ ਵਿਚਾਰਵਾਨ ਆਪਸ ਵਿੱਚ ਨਹੀਂ ਲੜਦੇ ਆਪਾਂ ਲੜੋਂ ਹਟਦੇ ਹੀ ਨਹੀਂ ਜਿਹੜੀ ਪੌੜੀ ਜਪੀ ਸਾਹਿਬ ਦੀ ਮੈਂ ਪੜ੍ਹੀ ਹੈ ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਜੋ ਵਚਨ ਕੀਤੇ ਨੇ ਮੁੰਦਾ ਸੰਤੋਖ ਸੰਤੋਖ ਦੀ ਮੁੰਦਰਾ ਪਾ ਸਰਮ ਪਦ ਚੋਰੀ ਜਿਹੜੀ ਤੂੰ ਸਿੱਖਿਆ ਮੰਗਦਾ ਆਪਣੀ ਉਹ ਸ਼ਰਮ ਦੀ ਹੋ ਧਿਆਨ ਦੀ ਪੂਰਤੀ ਲਾ ਜਿਸ ਤਰ੍ਹਾਂ ਕੁਆਰੀ ਕੰਨਿਆਂ ਦਾ ਸਰੀਰ ਜਿਹੜਾ ਉਹ ਅਛੋਹ ਹੁੰਦਾ ਹੈ ਕੋਈ ਬਾਪ ਵਾਲੀ ਗੱਲ ਨਹੀਂ ਹੁੰਦੀ ਇਸ ਤਰ੍ਹਾਂ ਦਾ ਅਜਿਹਾ ਹੋਣਾ ਚਾਹੀਦਾ ਅਤੇ ਜੋ ਡੰਡਾ ਪ੍ਰਤੀਕ ਪ੍ਰਤੀਕ ਪਰਮਾਤਮਾ 'ਤੇ ਭਰੋਸਾ ਰੱਖਦੀ ਉਹਦਾ ਡੰਡਾ ਹੋਵੇ ਤੇਰੇ ਹੱਥ ਅਖੀਰ 'ਤੇ ਜਾ ਕੇ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਆਈ ਪੰਥੀ ਸਗਲ ਜਮਾਤੀ ਕਿਉਂਕਿ ਡੋਗੀਆਂ ਦੇ 12 ਪੰਥ ਮੰਨੇ ਗਏ ਨੇ ਜਿਨ੍ਹਾਂ ਵਿੱਚੋਂ ਆਈ ਪੰਥੀ ਸ੍ਰੇਸ਼ਟ ਉਹਦੇ ਵਿੱਚ ਸ੍ਰੇਸ਼ਟ ਤੂੰ ਤਾਂ ਹੈ ਆਈ ਪੰਥੀ ਸਗਲ ਜਮਾਤੀ ਬਾਕੀ ਸਾਰਿਆਂ ਪੰਥਾਂ ਨਾਲ ਵੀ ਬਣਾ ਕੇ ਰੱਖ ਆਪਸ ਵਿੱਚ ਪ੍ਰੇਮ ਰੱਖੋ ਆਪਸ ਵਿੱਚ ਮਿਲ ਕੇ ਰਹੋ ਆਈ ਪੰਥੀ ਸਗਲ ਜਮਾਤੀ ਇਹ ਉਪਦੇਸ਼ ਸਾਡੇ ਸੱਚੇ ਪਾਤਸ਼ਾਹ ਜੀ ਇਸ ਪੌੜੀ ਸਾਰੀ ਦਾ ਜੇ ਧਿਆਨ ਨਾਲ ਵਿਚਾਰ ਕਰੀਏ ਇਹਦਾ ਨਿਸ਼ਕਰਸ਼ ਇਹ ਨਿਕਲਦਾ ਹੈ ਕਿ ਜੋ ਬਾਹਰਲਾ ਸਰੂਪ ਜਿਹਨੂੰ ਅਸੀਂ ਬਹੁਤ ਮਹੱਤਤਾ ਦਿੰਦੇ ਹਾਂ ਇਹਦੀ ਬਜਾਏ ਅੰਦਰਲੇ ਸਰੂਪ ਨੂੰ ਮਹੱਤਤਾ ਦੇਈਏ ਕਿਉਂਕਿ ਇਹ ਉਪਦੇਸ਼ ਜੋ ਯੋਗੀਆਂ ਵਾਸਤੇ ਦਿੱਤਾ ਗਿਆ ਸਾਡੇ 'ਤੇ ਵੀ ਲਾਗੂ ਸਿੱਖਾਂ 'ਤੇ ਵੀ ਲਾਗੂ ਹੁੰਦਾ ਕਿ ਅੰਦਰਲਾ ਸਰੂਪ ਉੱਚਾ ਹੋਣਾ ਜ਼ਿਆਦਾ ਜ਼ਰੂਰੀ ਹੈ ਬਾਹਰਲਾ ਘੱਟ ਜਿਵੇਂ ਦਸਵੇਂ ਪਾਤਸ਼ਾਹ ਹੁਕਮ ਕਰਦੇ ਨੇ ਜੇ ਮਨ ਕੇ ਤੇ ਜੋ ਕਮਾਓ ਸਿੰਘੀ ਸਾਚ ਅਕਪਟ ਕਰ ਚਲਾ ਧਿਆਨ ਕੀ ਵੀ ਰੂਪ ਚਲਾ ਸੋ ਇਹ ਸਾਰੀਆਂ ਚੀਜ਼ਾਂ ਦਾ ਇਹਨਾਂ ਸਾਰੀਆਂ ਤੁਕਾਂ ਦਾ ਭਾਵ ਇਹ ਹੈ ਅੰਦਰਲਾ ਸਰੂਪ ਉੱਚਾ ਹੋਣਾ ਚਾਹੀਦਾ ਹੁਣ ਅੰਦਰਲਾ ਸਰੂਪ ਉੱਚਾ ਹੋਵੇ ਅਤੇ ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਯੋਗੀਆਂ ਹੁਕਮ ਕਰਦੇ ਨੇ ਆਈ ਪੰਥੀ ਸਗਲ ਜਮਾਤੀ ਸਾਰਿਆਂ ਨਾਲ ਮੇਲ ਕਰਕੇ ਰਹੋ ਇਹੋ ਹੀ ਹੁਕਮ ਸਾਡੇ ਸਿੱਖ ਪੰਥ 'ਤੇ ਵੀ ਲਾਗੂ ਸੋ ਇਸ ਕਰਕੇ
ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਇਸ ਪਾਸੇ ਨੂੰ ਧਿਆਨ ਦਿਓ, ਆਪਾਂ ਸਿੱਖ ਪੰਥ ਵਧਾ ਕਿਵੇਂ ਸਕਦੇ। ਮੈਂ ਜੋ ਬੇਨਤੀਆਂ ਕਰ ਰਿਹਾ ਆਪਣੇ ਅਨੁਭਵ ਅਨੁਸਾਰ ਕਰ ਰਿਹਾ, ਕਿਉਂ ਪੜ੍ਹ ਕੇ ਨਹੀਂ ਕਰ ਰਿਹਾ। ਮੇਰੇ ਵਿਚਾਰ ਅਨੁਸਾਰ ਅਸੀਂ ਤਾਂ ਵੱਧ ਸਕਦੇ ਹਾਂ ਜੇ ਇਕੱਠੇ ਹੋ, ਕਿਉਂਕਿ ਘੰਟੇ ਚੌਵੀ ਰਹਿਣੇ ਨੇ ਦਿਨ ਦੇ, ਉਹ ਚੌਵੀ ਦੀ ਥਾਂ 'ਤੇ 36 ਨਹੀਂ ਆਉਣੇ। ਸ਼ਕਤੀ ਵੀ ਓਨੀ ਰਹਿਣੀ ਹੈ, ਸਮਾਂ ਵੀ ਓਨਾ ਹੈ, ਪੈਸੇ ਵੀ ਓਨੇ ਹੀ ਨੇ। ਫਿਰ ਸਾਧ ਸੰਗਤ ਜੀ, ਆਪ ਜੀ ਦੱਸੋ, ਉਹੀ ਸਮਾਂ, ਪੈਸੇ ਅਤੇ ਸ਼ਕਤੀ ਜਦੋਂ ਆਪਾਂ ਆਪਸ ਵਿੱਚ ਲੜਨ 'ਤੇ ਲਾ ਦਿਆਂਗੇ, ਕੀ ਫਿਰ ਉਹਦੇ ਨਾਲ ਪੰਥ ਵਧੇ? ਫੈਸਲਾ ਆਪ ਜੀ ਦੇ ਆਪ। ਓਨਾ ਹੀ ਸਮਾਂ, ਸ਼ਕਤੀ, ਪੈਸੇ ਜਿਹਦੇ ਨਾਲ ਪੰਥ ਵਧਾਉਣਾ ਸੀ, ਜਦੋਂ ਆਪਾਂ ਆਪਸੀ ਧੜੇ ਬਣਾ ਕੇ ਆਪਸ ਵਿੱਚ ਲਾ ਦਿਆਂਗੇ, ਕੀ ਉਹਦੇ ਨਾਲ ਸਾਡਾ ਪੰਥ ਵਧੇ? ਮੇਰੇ ਅਨੁਸਾਰ ਜੇ ਅਸੀਂ ਪੰਥ ਵਧਾਉਣਾ ਤਾਂ ਹੀ ਵੱਧ ਸਕਦਾ ਜੇ ਆਪਾਂ ਇਕੱਠੇ ਹੋਵਾਂਗੇ ਅਤੇ ਵਿਚਾਰ ਕਰਾਂਗੇ। ਜੇ ਮੇਰੀ ਗਲਤ ਗੱਲ ਹੋਵੇ ਆਪ ਜੀ ਸਮਝਾ, ਕਿਉਂਕਿ ਗੁਰਬਾਣੀ ਵਿੱਚ ਜੋ ਲਿਖਿਆ ਹੋਇਆ ਉੱਥੇ ਕੀ ਲਿਖਿਆ? ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ। ਅੱਜ ਬਣ ਗਏ ਨੇ ਅਤੇ ਦੁੱਖ ਦੀ ਗੱਲ ਹੈ
ਸਾਧ ਸੰਗਤ ਜੀ, ਆਪਾਂ ਸਾਰੇ ਵੱਖੋ ਵੱਖਰੇ ਸ਼ਹਿਰਾਂ ਵਿੱਚ, ਅਮਰੀਕਾ, ਕੈਨੇਡਾ, ਇੰਗਲੈਂਡ ਵਿੱਚ ਵੀ, ਭਾਰਤ ਵਿੱਚ ਵੀ, ਗੁਰਦੁਆਰਿਆਂ ਪਿੱਛੇ ਗੁਰਦੁਆਰਿਆਂ ਦੀ ਮਾਇਆ ਲਾ ਕੇ ਆਪਾਂ ਆਪਸ ਵਿੱਚ ਲੜ ਗਏ। ਮੇਰੇ ਵਿਚਾਰ ਅਨੁਸਾਰ ਇਹ ਮਾਇਆ ਕਿੱਥੋਂ ਆਈ? ਇਹ ਮਾਇਆ ਸਾਧ ਸੰਗਤ ਦੀ ਮਾਇਆ, ਜਿਹੜੀ ਖੂਨ ਪਸੀਨੇ ਦੀ ਕਮਾਈ ਸਾਧ ਸੰਗਤ ਨੇ ਲਿਆ ਕੇ ਧਰਮ ਸਥਾਨ 'ਤੇ ਭੇਟਾ ਕੀਤੀ। ਭਾਵੇਂ ਉਹ ਗੁਰਦੁਆਰਾ ਕਿਸੇ ਸਾਧੂ ਮਹਾਤਮਾ ਨੇ ਬਣਾਇਆ, ਕਿਸੇ ਸੁਸਾਇਟੀ ਨੇ ਬਣਾਇਆ, ਕਿਸੇ ਵੀ ਤਰ੍ਹਾਂ ਕੋਲ ਹੈ, ਤਾਂ ਸਾਰੇ ਸਿੱਖ ਹੀ। ਉੱਥੇ ਜੋ ਭੇਟਾ ਆਉਂਦੀ ਹੈ ਉਹ ਸਾਧ ਸੰਗਤ ਦੇ ਖੂਨ ਪਸੀਨੇ ਦੀ ਕਮਾਈ ਹੈ। ਮੈਂ ਆਪ ਜੀ ਨੂੰ ਪੁੱਛਦਾ ਕਿ ਇਹ ਭੇਟਾ, ਇਹ ਪੈਸੇ ਮੁਕੱਦਮਿਆਂ 'ਤੇ ਲੱਗਣੇ ਚਾਹੀਦੇ ਨੇ? ਡਾਕਟਰਾਂ ਨੂੰ, ਵਕੀਲਾਂ ਨੂੰ, ਪੁਲਿਸ ਨੂੰ, ਮੰਤਰੀਆਂ ਨੂੰ ਦੇਣ ਵਾਸਤੇ ਸੰਗਤ ਭੇਟਾ ਕਰਦੀ ਹੈ ਜਾਂ ਪੰਥ ਦੀ ਤਰੱਕੀ ਵਾਸਤੇ ਸੰਗਤ ਭੇਟਾ? ਫੈਸਲਾ ਆਪ ਜੀ ਦਾ। ਮੈਂ ਕਿਸੇ 'ਤੇ ਦੋਸ਼ ਨਹੀਂ ਦੇ ਰਿਹਾ, ਸਮੁੱਚੇ ਸਿੱਖ ਪੰਥ ਦੀ ਗੱਲ ਕਰ ਰਿਹਾ। ਮੇਰੇ ਵਿਚਾਰ ਅਨੁਸਾਰ ਇਹ ਸਾਰੀ ਮਾਇਆ ਜੋ ਸੰਗਤ ਭੇਟਾ ਦਿੰਦੀ ਹੈ, ਪੰਥ ਦੀ ਉੱਨਤੀ ਵਾਸਤੇ, ਤਰੱਕੀ ਵਾਸਤੇ ਲੱਗਣੀ ਚਾਹੀਦੀ ਹੈ। ਪੰਥ ਦਾ ਪ੍ਰਚਾਰ ਹੋਣਾ ਚਾਹੀਦਾ ਹੈ, ਅਤੇ ਉਹ ਗਰੀਬ ਸਿੱਖ ਜਿਨ੍ਹਾਂ ਨੂੰ ਪਸ਼ਾਦੇ ਪਾਣੀ ਦੀ ਤੰਗੀ ਹੈ, ਜਾਂ ਸਾਡੇ ਦੇਸ਼ ਵਿੱਚ ਕਈ ਉਹ ਪਰਿਵਾਰ ਨੇ, ਸਿਕਲੀਗਰ ਪਰਿਵਾਰ ਨੇ ਕਰਨਾਟਕਾ ਵਿੱਚ, ਜਿਨ੍ਹਾਂ ਕੋਲ ਮਾਈਆਂ ਬੀਬੀਆਂ ਕੋਲ ਇਸ਼ਨਾਨ ਕਰਨ ਨੂੰ ਪੜ੍ਹਨੇ ਵਾਸਤੇ ਥਾਂ ਨਹੀਂ ਹੈ, ਉਹ ਜਿਹੇ ਥਾਵਾਂ 'ਤੇ ਗਰੀਬ ਸਿੱਖ ਭਰਾਵਾਂ ਨੂੰ ਉੱਚਾ ਚੁੱਕਣ ਵਾਸਤੇ ਲੱਗਣੀ ਚਾਹੀਦੀ ਹੈ, ਉਹਨਾਂ ਦੀ ਵਿੱਦਿਆ ਦੇਣ ਵਾਸਤੇ ਬੱਚਿਆਂ ਨੂੰ ਲੱਗਣੀ ਚਾਹੀਦੀ ਹੈ, ਨਾ ਕਿ ਮੁਕੱਦਮੇ ਬਾਜ਼ੀ। ਮੈਨੂੰ ਪਤਾ ਲੱਗਾ ਕੈਨੇਡਾ ਵਿੱਚ ਇੱਕ ਗੁਰਦੁਆਰਾ, ਉੱਥੇ $2,000,000 ਉਹਨਾਂ ਨੇ ਮੁਕੱਦਮੇ 'ਤੇ ਲਾ ਦਿੱਤਾ, ਪਰ ਗੁਰਦੁਆਰੇ ਦੀ ਛੱਤ ਚੁੰਦੀ ਹੈ ਔਰ ਰਿਪੇਅਰ ਕਰਨ ਵਾਸਤੇ ਪੈਸੇ ਨਹੀਂ। ਇੱਥੇ ਨਾਮਧਾਰੀਆਂ ਦੀ, ਗੈਰ ਨਾਮਧਾਰੀਆਂ ਦੀ ਕਿਸੇ ਦੀ ਗੱਲ ਨਹੀਂ, ਸਮੁੱਚੇ ਸਿੱਖ ਪੰਥ ਦੀ ਗੱਲ। ਸਾਧ ਸੰਗਤ ਜੀ, ਮੈਂ ਬੇਨਤੀ ਇਸ ਕਰਕੇ ਕਰ ਰਿਹਾ, ਜੋ ਹੋ ਰਿਹਾ ਤੁਹਾਡਾ ਸਾਡਾ ਸਾਰਿਆਂ ਦਾ ਸਾਂਝ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਗੁਰਪੁਰਬ 'ਤੇ ਜੇ ਆਪਾਂ ਇਕੱਠੇ ਹੋ ਰਹੇ ਹਾਂ, ਹਮਲਾ ਮਾਰੀਏ ਤਾਂ ਕਿ ਸੱਚੇ ਪਾਤਸ਼ਾਹ ਦਾ ਗੁਰਪੁਰਬ ਮਨਾਉਣ ਦਾ ਸੱਚੀ ਉੱਚੀ ਲਾਭ ਹੋ ਸਕੇ, ਆਪਣੇ ਗੁਰੂ ਦਾ ਨਾਮ ਸਾਰੇ ਸੰਸਾਰ ਵਿੱਚ ਪ੍ਰਚਾਰ ਸਕੀਏ। ਕਿਉਂਕਿ ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ, ਸਗਲ ਜਗਤ ਨੂੰ ਖਾਲਸਾ ਪੰਥ ਦਾ ਜਗ੍ਹਾ ਕਰਨ ਹਿੰਦੂ ਪੁੱਤਰ ਦੁੱਧ ਪਾ, ਅਤੇ ਸੱਚੇ ਪਾਤਸ਼ਾਹ ਨੇ ਵੀ ਹੁਕਮ ਕਿ ਰਾਜ ਬਿਨਾਂ ਨਹੀਂ ਕਰਨ ਚਾਹੀਦਾ, ਪਰ ਰਾਜ ਤਾਂ ਹੀ ਹੋਵੇਗਾ ਜੇ ਆਪਾਂ ਇਕੱਠੇ ਹੋਵਾਂ, ਜੇ ਆਪਸ ਵਿੱਚ ਲੜਾਂਗੇ ਰਾਜ ਕਿਵੇਂ ਕਰਾਂਗੇ? ਸੋ ਇਸ ਕਰਕੇ ਆਪ ਜੀ ਦੇ ਸਨਮੁੱਖ ਹਾਜ਼ਰ ਹੋਇਆ ਕਿ ਉਹ ਦੇਖ ਕੇ ਉਹ ਤਰੀਕੇ ਬਣਾਈਏ ਜਿਹਦੇ ਨਾਲ ਸਿੱਖ ਪੰਥ ਵਧੇ। ਪੰਥ ਤਾਂ ਵਧੇਗਾ ਜੇ ਸਿੱਖਾਂ ਦਾ ਰਾਜ ਹੈ। ਖਾਲਸਾ ਰਾਜ ਦੀ ਮੈਂ ਗੱਲ ਕਰਦਾ, 2.5 ਜ਼ਿਲ੍ਹਿਆਂ ਦੇ ਖਾਲਿਸਤਾਨ ਦੀ ਗੱਲ ਨਹੀਂ ਮੈਂ ਕਰਦਾ। ਖਾਲਸਾ ਰਾਜ ਮਾਰਿਆ ਸਿੱਖਾਂ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਸ਼ਬਦ ਸੰਸਕ੍ਰਿਤ ਦਾ ਹੈ, ਖਾਲਸ ਸ਼ਬਦ ਅਰਬੀ ਦਾ, ਅਰਥ ਦੁਆ ਦਾ ਇੱਕੋ ਹੀ, ਕਹਿ ਕਬੀਰ ਜਨ ਭਏ ਖਾਲਸੇ। ਸੋ ਉਹ ਖਾਲਸਾ ਰਾਜ ਜਿਹੜਾ ਨਿਰਮਲ ਰਾਜ ਹੋਵੇ, ਕਿਸੇ ਦਾ ਸਿਰ ਵੱਢ ਕੇ ਨਹੀਂ, ਕਿਸੇ ਨੂੰ ਤੰਗ ਕਰਕੇ ਨਹੀਂ, ਜਿਸ ਤਰ੍ਹਾਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਭਤੀਜੇ ਨੂੰ ਸ਼ਕਤੀਆਂ ਦੇ ਕੇ ਭੇਜਿਆ ਸੀ, ਉਹਨੇ ਜਾ ਕੇ ਪ੍ਰਚਾਰ ਕਰਕੇ ਮੰਡੀ ਦੇ ਰਾਜੇ ਨੂੰ ਸਿੱਖ ਬਣਾਇਆ ਸੀ। ਜਦੋਂ ਰਾਜਾ ਸਿੱਖ ਬਣ ਜਾਂਦਾ, ਪ੍ਰਜਾ ਆਪੇ ਬਣਦੀ। ਇਸੇ ਤਰ੍ਹਾਂ ਆਪਾਂ ਨੂੰ ਵੀ ਪ੍ਰਚਾਰ ਕਰਨ ਦੀ ਲੋੜ ਹੈ ਆਪਣੇ ਪੰਥ ਦਾ, ਜਿਸ ਤਰ੍ਹਾਂ ਈਸਾਈ ਭਰਾਵਾਂ ਨੇ ਕੀਤਾ। ਈਸਾਈਆਂ ਨੇ ਹਿੰਦੁਸਤਾਨ ਵਿੱਚ ਜਾ ਕੇ ਸਾਰਾ ਨਾਗਾਲੈਂਡ ਈਸਾਈ ਕਰ ਦਿੱਤਾ, ਜਿੱਥੇ ਜਿੱਥੇ ਵੀ ਗਰੀਬ ਸਿੱਖ ਸਨ, ਉੜੀਸਾ ਆਦਿ ਵਿੱਚ ਗਰੀਬ ਸਿੱਖ ਨਹੀਂ, ਜਿੱਥੇ ਜਿੱਥੇ ਕੋਈ ਗਰੀਬ ਸਨ ਵਿਚਾਰੇ, ਉਹਨਾਂ ਨੂੰ ਨੇੜੇ ਲਾਇਆ, ਉੱਥੇ ਸਕੂਲ ਬਣਾਏ ਨੇ, ਉੱਥੇ ਜਾ ਕੇ ਹਸਪਤਾਲ ਬਣਾਏ ਨੇ, ਉੱਥੇ ਅਜਦੀਸਾ ਦਾ ਪ੍ਰਚਾਰ ਕੀਤਾ, ਉੱਥੇ ਜਾ ਕੇ ਉਹਨਾਂ ਨੇ ਈਸਾਈ ਆਪਣਾ ਪੰਥ ਫੈਲਾ ਦਿੱਤਾ। ਇਸੇ ਤਰ੍ਹਾਂ ਈਸਾਈਆਂ ਨੇ ਥਾਈਲੈਂਡ ਵਿੱਚ ਜਾ ਕੇ, ਉੱਥੋਂ ਦਾ ਉੱਤਰੀ ਥਾਈਲੈਂਡ ਜਿਹੜਾ ਉਹ ਸਾਰਾ ਈਸਾਈ ਵਰਗ, ਜਿੱਥੇ ਕਿ
ਕੋਈ ਕਾਰ ਦਾ ਜਾਣ ਦਾ ਸਾਧਨ ਨਹੀਂ, ਉੱਥੇ ਜਾ ਕੇ ਈਸਾਈਆਂ ਨੇ ਪ੍ਰਚਾਰ ਕੀਤਾ। ਆਪਾਂ ਆਪਾਂ ਕੀ ਕੀਤਾ, ਪੰਜਾਬ ਦੇ ਵਿੱਚ ਇਸ ਵੇਲੇ ਈਸਾਈ ਪੰਥ ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ ਆਦਿ ਚਾਰ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਵੀ ਗਰੀਬ ਨੇ ਜ਼ਿਆਦਾ, ਉੱਥੇ ਸਾਰੇ ਪਾਸੇ ਈਸਾਈਆਂ ਨੇ ਆਪਣਾ ਈਸਾਈਅਤ ਫੈਲਾ ਦਿੱਤੀ ਹੈ। ਉੱਥੇ ਜੋ ਬੋਲੇ ਸੋ ਨੇ ਆ ਨਹੀਂ ਸਾਡਾ ਬੋਲਦਾ, ਉੱਥੇ ਹਜ਼ਰਤ ਈਸਾ ਦਾ ਜੈਕਾਰਾ ਬੋਲ। ਆਪਾਂ ਕੀ ਕੀਤਾ, ਮੈਂ ਤੁਹਾਡੇ 'ਤੇ ਦੋਸ਼ ਨਹੀਂ ਦੇ ਰਿਹਾ, ਮੈਂ ਪਿੱਛੇ ਸਾਨੂੰ ਵੀ ਲੋੜ ਹੈ ਕਰਨ ਦੀ। ਅਸੀਂ ਇੰਗਲੈਂਡ ਵਿੱਚ 300 ਗੁਰਦੁਆਰਾ ਬਣਾਇਆ, ਪਰ ਅਸੀਂ 300 ਗੋਰੇ ਨੂੰ ਸਿੱਖ ਨਹੀਂ ਬਣਾਇਆ। ਸਾਨੂੰ ਵਿਚਾਰਵਾਨ ਬਣਨ ਦੀ ਲੋੜ ਹੈ, ਤਾਂ ਕਿ ਸਾਡਾ ਪੰਥ ਸਤਿਗੁਰੂ ਨਾਨਕ ਦੇਵ ਦਾ ਉੱਚਾ ਸੁੱਚਾ ਸਿੱਖ ਪੰਥ ਸਾਰੇ ਸੰਸਾਰ ਵਿੱਚ ਫੈਲ ਸਕੇ। ਅਸੀਂ ਆਪਣੀ ਸੋਚ ਵਿਸ਼ਾਲ ਕਰੀਏ, ਸੰਕੀਰਣ ਨਾ ਕਰੀਏ, ਬਾਹਰਲੇ ਸਰੂਪ ਦੀ ਬਜਾਏ ਅੰਦਰਲੇ ਸਰੂਪ ਵੱਲ ਜ਼ਿਆਦਾ ਧਿਆਨ ਕਰੀਏ। ਜੋ ਗੁਰਬਾਣੀ ਵਿੱਚ ਲਿਖਿਆ ਉਸ ਚੀਜ਼ ਨੂੰ ਮੰਨ ਕੇ ਅਸੀਂ ਆਪਣਾ ਪੰਥ ਵਧਾਈਏ, ਜਿਵੇਂ ਪ੍ਰਚਾਰ ਕਰਕੇ ਉਹਨਾਂ ਨੇ ਕੀਤਾ। ਮੋਦੀਆਂ ਨੇ ਜਦੋਂ ਸਮਰਾਟ ਅਸ਼ੋਕ ਬਣੇ ਸਨ, ਉਹਨਾਂ ਨੇ ਸਾਰੇ ਸੰਸਾਰ ਵਿੱਚ ਬੁੱਧ ਪੰਥ ਫੈਲਾ ਦਿੱਤਾ ਸੀ। ਅੱਜ ਸਾਡੇ ਪੰਥ ਵਿੱਚ, ਸਿੱਖ ਪੰਥ ਵਿੱਚ ਪਤਾ ਨਹੀਂ ਕਿੰਨੇ ਹੀ ਸਮਰਾਟ ਅਸ਼ੋਕ ਵਰਗੇ ਧਨਾੜ ਨੇ, ਕਿੰਨੇ ਹੀ ਸਮਰਾਟ ਅਸ਼ੋਕ ਵਰਗੇ ਧਨਾੜ ਨੇ, ਕਿ ਉਹ ਆਪਣੇ ਪੰਥ ਦਾ ਪ੍ਰਚਾਰ ਨਹੀਂ ਕਰਵਾ ਸਕਦੇ, ਕਰਵਾ ਸਕਦੇ, ਪਰ ਆਪਣਾ ਧਿਆਨ ਹੋਵੇ ਕਿੱਧਰ ਤਾਂ। ਖਾਲਸਾ ਜੀ, 2 ਮਿੰਟਾਂ ਵਿੱਚ ਸਮਾਪਤ ਕਰ ਰਿਹਾ। ਆਪ ਜੀ ਨੂੰ ਪਤਾ ਹੋਏਗਾ ਕਿ ਸਾਹਿਬ 6ਵੇਂ ਪਾਤਸ਼ਾਹ ਨੇ ਅਕਾਲ ਤਖ਼ਤ ਸਾਹਿਬ ਸਥਾਪਿਤ ਕੀਤਾ। ਉੱਥੇ ਬਾਬਾ ਮਿਹਰਬਾਨ ਜੀ ਨਾਲ, ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਨੇ ਈਰਖਾ ਕੀਤੀ, ਭਰਾਵਾਂ ਦੀ ਲੜਾਈ ਹੋਈ। ਉਸ ਥਾਂ ਉਸ ਸਮੇਂ ਸਾਡਾ ਸਿੱਖ ਪੰਥ ਦਾ ਰਾਜ ਉੱਥੇ ਸਥਾਪਿਤ ਹੋ ਸਕਦਾ ਸੀ ਜੇ ਉਦੋਂ ਲੜਾਈ ਨਾ ਹੋਈ। ਉਹਦੇ ਕਰਕੇ ਸਰਕਾਰ ਨੇ ਸਾਥ ਦਿੱਤਾ, ਸੱਚੇ ਪਾਤਸ਼ਾਹ ਨੂੰ ਉੱਥੋਂ ਜਾਣਾ ਪਿਆ ਦੇ ਕਰ। ਉਸ ਤੋਂ ਬਾਅਦ ਕਿਸੇ ਪਾਤਸ਼ਾਹੀ ਨੇ ਉੱਥੇ ਦਰਸ਼ਨ ਨਹੀਂ। ਫਿਰ ਅੱਗੇ ਆ ਜਾਓ ਸੰਖੇਪ ਵਿੱਚ, ਬਾਬੇ ਬੰਦਰ ਬਹਾਦਰ ਵੇਲੇ ਸਾਡਾ ਸਿੱਖ ਰਾਜ ਉਹ ਪਿਸ਼ੌਰ ਤੱਕ ਮਹਾਂ ਪੰਜਾਬ ਵਿੱਚ ਹੋ ਸਕਦਾ ਸੀ ਜੇ ਆਪਾਂ ਬੰਦੇ ਬਹਾਦਰ ਨੂੰ ਨਾ ਮਰਵਾਇਆ, ਕਿਉਂਕਿ ਜੇ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਕੌਣ ਕਰੇ, ਸਿੱਖਾਂ ਨੂੰ ਹੋਰ ਨਹੀਂ ਕੋਈ ਹਰਾ ਸਕਦਾ। ਫਿਰ ਮਹਾਰਾਜ ਰਣਜੀਤ ਸਿੰਘ ਤੋਂ ਬਾਅਦ ਹੋਇਆ, ਫਿਰ ਉਸ ਤੋਂ ਬਾਅਦ ਕਈ ਕੁਛ ਹੋ ਚੁੱਕਿਆ, ਕਿਉਂਕਿ ਆਪਾਂ ਆਪਸ ਵਿੱਚ ਵਿਚਾਰਵਾਨ ਨਹੀਂ ਬਣਦੇ, ਗੁਰਬਾਣੀ ਨੂੰ ਮੰਨਦੇ ਨਹੀਂ ਅਤੇ ਅਟਕੇ ਨਹੀਂ। ਇਸ ਕਰਕੇ ਪੰਥ ਦਾ ਨੁਕਸਾਨ ਹੋਇਆ ਨਹੀਂ ਤਾਂ ਇਹ ਦੱਸੋ, ਜੇ ਆਪਾਂ 18,000 ਕੁੜੀ ਜਿਹੜੀ ਮੁਸਲਮਾਨ ਚੁੱਕ ਕੇ ਲਿਜਾ ਰਹੇ ਸੀ ਉਹ ਛੁਡਾ ਸਕਦੇ ਹਾਂ, ਉਹਨਾਂ ਦੇ ਘਰ ਪਹੁੰਚਾ ਸਕਦੇ ਹਾਂ, ਕੀ ਆਪਾਂ ਆਪਣਾ ਪੰਥ ਨਹੀਂ ਵਧਾ ਸਕਦੇ? ਕੀ ਆਪਾਂ ਆਪਣਾ ਪੰਥ ਨਹੀਂ ਵਧਾ ਸਕਦੇ? ਵਧਾ ਸਕਦੇ ਹਾਂ। ਜੇ ਆਪਾਂ ਕਿਸੇ ਇੱਕ ਪੰਡਿਤ ਦੀ ਔਰਤ ਪਿੱਛੇ ਸਾਰਾ ਪੰਥ ਜਾ ਕੇ ਕਸੂਰ ਦੇ ਕਿਲੇ ਨਾਲ ਲੜ ਸਕਦਾ, ਕੀ ਆਪਾਂ ਪੰਥ ਵਾਸਤੇ ਨਹੀਂ ਕਰ ਸਕਦੇ? ਕਰ ਸਕਦੇ ਹਾਂ। ਕੀਤਾ ਕਿਉਂ ਨਹੀਂ? ਕਿਉਂਕਿ ਖਾਲਸੇ ਦੀ ਸੋਚ ਕਿੱਧਰ ਨਹੀਂ ਗਈ। ਖਾਲਸਾ ਜੀ ਅੱਗੇ ਪੰਥ ਵਧਾਉਣਾ ਕੋਈ ਵੱਡੀ ਗੱਲ ਨਹੀਂ, ਸਿਰਫ ਸੋਚ ਬਦਲਣ ਦੀ ਲੋੜ ਹੈ ਕਿ ਅਸੀਂ ਪੰਥ ਵਧਾਉਣਾ। ਸੋ ਮੇਰੀ ਬੇਨਤੀ ਪ੍ਰਵਾਨ ਸਰ, ਪੰਥ ਵਧਾਉਣ ਵਾਲੀ ਸੋਚ ਬਣਾਈਏ, ਆਪਸ ਵਿੱਚ ਰਲ ਕੇ ਰਹਿਣ ਵਾਲੀ ਸੋਚ ਬਣਾਈਏ, ਤਾਂ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪੰਥ ਸਾਰੇ ਫੈਲ ਸਕੇ। ਜੋ ਸਾਡੇ ਵੱਖੋ ਵੱਖਰੇ ਛੋਟੀ ਛੋਟੀਆਂ ਸੰਪਰਦਾਵਾਂ ਜਾਂ ਕੋਈ ਡੇਰਿਆਂ ਵਾਲੇ ਸੰਤਾਂ ਮਹਾਤਮਾ ਦੇ ਜੋ ਵੀ ਆਪਸ ਵਿੱਚ ਕੋਈ ਵਿਤਕਰੇ ਨੇ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰੀਏ, ਅਤੇ ਕੁਛ ਚੀਜ਼ਾਂ ਨੂੰ ਆਪਾਂ ਛੱਡ ਲਈਏ, ਇਕੱਠੇ ਹੋ ਕੇ ਰਲ ਕੇ ਬਹੀਏ, ਤਾਂ ਕਿ ਆਪਾਂ ਜੇ ਈਸਾਈ ਇੱਕ ਹਜ਼ਰਤ ਈਸਾ ਦਾ ਪ੍ਰਚਾਰ ਕਰਦੇ ਨੇ ਕਿ ਉਹਨਾਂ ਨੇ ਕੁਰਬਾਨੀ ਕੀਤੀ, ਸਾਡੇ ਤੇ ਸਾਰੇ ਵੱਡਿਆਂ ਨੇ, ਲੱਖਾਂ ਸਿੱਖਾਂ ਨੇ ਸਿਰ ਦਿੱਤੇ, ਇਹਨਾਂ ਤੋਂ ਹੋਰ ਕਿਸੇ ਪੰਥ ਵਿੱਚ ਹੈ ਹੀ ਨਹੀਂ ਕਿ ਆਪਾਂ ਆਪਣੇ ਆਪਣੇ ਵੱਡਿਆਂ ਦਾ ਆਪਣੇ ਪੰਥ ਦਾ ਆਪਾਂ ਨਹੀਂ ਕਰ ਸਕਦੇ? ਕਰ ਸਕਦੇ ਹਾਂ ਸਾਧ ਸੰਗਤ ਜੀ, ਇਸ ਪਾਸੇ ਨੂੰ ਧਿਆਨ ਦੇਣ ਦੀ ਲੋੜ ਹੈ। ਜੋ ਗੁਰਬਾਣੀ ਵਿੱਚ ਲਿਖਿਆ ਉਹਨੂੰ ਮੰਨਣਾ ਅਤੇ ਉਹਨੂੰ ਪ੍ਰਚਾਰਨਾ ਸਾਡਾ ਕੰਮ, ਸਿਰਫ ਮੱਥਾ ਟੇਕਿਆ ਭਲਾ ਨਹੀਂ ਹੋ ਜਾਂਦਾ, ਉਹਨੂੰ ਮੰਨਿਆ ਭਲਾ ਹੋ ਜਾਂਦਾ। ਜਿਵੇਂ ਦਵਾਈ ਖਾਧੇ ਬਿਨਾਂ ਬੁਖਾਰ ਨਹੀਂ ਰਹਿੰਦਾ, ਇਸੇ ਤਰ੍ਹਾਂ
ਬਾਣੀ ਨੂੰ ਮੰਨਾਂਗੇ, ਆਪਣੇ ਪੰਥ ਦਾ ਪ੍ਰਚਾਰ ਕਰਾਂਗੇ ਤਾਂ ਗੱਲ ਬਣੇਗੀ। ਆਪ ਜੀ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਓ, ਸੈਕੂਲਰਿਜ਼ਮ ਕੋਈ ਸੈਕੂਲਰਿਜ਼ਮ ਨਹੀਂ, ਸਭ ਵਾਧੂ ਦੀਆਂ ਗੱਲਾਂ ਨੇ। ਸਭ ਤੋਂ ਵੱਧ ਗੱਲ ਕਰਦੇ ਨੇ ਕਮਿਊਨਿਸਟ, ਜਿੱਥੇ CPI ਦਾ ਰਾਜ ਹੋਏਗਾ CPM ਵਾਲਾ ਉੱਥੇ DC ਕੋਲ ਚਲਾ ਜਾਏਗਾ, ਕੰਮ ਕਰਾਉਣ ਕਦੀ ਨਹੀਂ ਹੁੰਦਾ। ਇਸੇ ਤਰ੍ਹਾਂ ਤਾਜ਼ੀ ਰਿਪੋਰਟ ਗਾਰਡੀਅਨ ਅਖਬਾਰ ਇੰਗਲੈਂਡ ਦੇ ਵਿੱਚ ਛਪੀ ਹੈ ਕਿ UNO ਦੇ ਵਿੱਚ 79 ਈਸਾਈ ਸਰਕਾਰਾਂ ਨੇ ਜਿਹੜੀਆਂ ਆਪਣੇ ਪੰਥ ਦਾ ਪ੍ਰਚਾਰ ਕਰਦੀਆਂ ਨੇ, UNO ਵਿੱਚ ਬੈਠੇ ਵੀ ਕਰੀ ਜਾਂਦੇ। ਸੋ ਆਪਾਂ ਨੂੰ ਵੀ ਆਪਣਾ ਪਣ ਸਵੈ ਮਾਣ ਲਿਆ ਕੇ ਆਪਣਾ ਪੰਥ ਸੱਚੇ ਪਾਤਸ਼ਾਹ ਦਾ ਪੰਥ ਪ੍ਰਚਾਰਨ ਦੀ ਲੋੜ ਹੈ। ਅੱਜ ਦੇ ਦਿਨ ਸਦਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਗੁਰਪੁਰਬ 'ਤੇ ਆਪਾਂ ਸਾਰੇ ਹੀ ਇਹ ਪ੍ਰਣ ਕਰੀਏ ਕਿ ਆਪਾਂ ਆਪਸ ਵਿੱਚ ਨਹੀਂ ਲੜ, ਇਹ ਪ੍ਰਣ ਕਰੀਏ ਕਿ ਆਪਾਂ ਆਪਸ ਵਿੱਚ ਨਹੀਂ ਲੜਨਾ, ਗੁਰੂ ਘਰ ਆਏ ਹਾਂ ਅਤੇ ਆਪਾਂ ਆਪਣਾ ਪੰਥ ਵਧਾਉਣਾ। ਆਪ ਜੀ ਦੀ ਜਾਣਕਾਰੀ ਵਾਸਤੇ ਮੈਂ ਸਿਰਫ ਦੱਸਣਾ ਚਾਹਾਂਗਾ, ਸਤਿਗੁਰੂ ਪ੍ਰਤਾਪ ਸਿੰਘ ਜੀ ਨੇ 1934 ਵਿੱਚ ਸਰਬ ਸੰਪਰਦਾਇ ਸਿੱਖ ਕਾਨਫਰੰਸ, ਸਤਿਗੁਰੂ ਨਾਨਕ ਨਾਮ ਲੇਵਾ ਸਰਬ ਸੰਪਰਦਾਇ ਸਿੱਖ ਕਾਨਫਰੰਸ ਕਰਕੇ ਸਾਰੀਆਂ ਸੰਪਰਦਾਵਾਂ ਨੂੰ ਬੇਨਤੀ ਕੀਤੀ ਸੀ। ਅਸੀਂ ਹੁਣ ਇਸ 2014 ਵਿੱਚ ਫੇਰ ਕੀਤੀ ਹੈ ਅਤੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਆਪਾਂ ਇਕੱਠੇ ਹੋਈਏ ਆਪਸ ਵਿੱਚ ਲੜੀਏ। ਸੋ ਆਪ ਜੀ ਨੂੰ ਇਹੋ ਹੀ ਬੇਨਤੀ ਹੈ ਕਿ ਗੁਰੂ ਘਰ ਦਾ ਪੈਸਾ ਪੰਥ ਦੀ ਤਰੱਕੀ ਵਾਸਤੇ ਲੱਗੇ, ਆਪਾਂ ਆਪਸ ਵਿੱਚ ਇਕੱਠੇ ਹੋਈਏ ਅਤੇ ਸਾਰਾ ਪੰਥ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਹੋਵੇ। ਇਹ ਦੁੱਖ ਸੁਣ ਕੇ ਇਹ ਸਮਾਪਤ। ਮੇਰੀ ਅਰਜ ਬੇਨਤੀ ਹੈ ਜੋ ਗਾ ਸਕੇ ਕਿਰਪਾ ਕਰਕੇ ਜ਼ਰੂਰ ਗਾਇਨ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਣੇ ਪੰਜਾਬੀ ਸਕੂਲ ਦੇ ਬੱਚੇ, ਖਾਲਸਾ ਸਕੂਲ ਦੇ ਬੱਚੇ ਦੋ ਸ਼ਬਦ ਆਪ ਜੀ ਦੇ ਪੜ੍ਹਨਗੇ, ਕਿਰਪਾ ਕਰਕੇ ਸ਼ਬਦ ਸੁਣੋ। ਉਸ ਤੋਂ ਬਾਅਦ ਭਾਈ ਸਾਹਿਬ ਜੀ ਆਨੰਦ ਸਾਹਿਬ ਦਾ ਪਾਠ ਪੜ੍ਹਨਗੇ। ਸੋ ਇਸ ਤੋਂ ਬਾਅਦ ਕੋਈ ਹੋਰ ਅਨਾਊਂਸਮੈਂਟਸ ਵਗੈਰਾ ਨਹੀਂ ਹੋਣਗੀਆਂ। ਸੋ ਬੱਚਿਆਂ ਨੂੰ ਬੇਨਤੀ ਕਰਦਾ ਕਿ ਸ਼ਬਦ ਪੜ੍ਹਨ,
ਅੱਜ ਦੇ ਲੰਗਰਾਂ ਦੀ ਸੇਵਾ ਜਿਨ੍ਹਾਂ ਨੇ ਜਿਨ੍ਹਾਂ ਭੈਣਾਂ ਨੇ ਲਈ ਸੀ ਉਹਨਾਂ ਨੇ ਨਾਮ ਗੁਪਤ ਰੱਖਿਆ ਹੈ ਆਪਣਾ। ਨਿਸ਼ਾਨ ਸਾਹਿਬ ਦੀ ਸੇਵਾ ਰੰਧਾਵਾ ਪਰਿਵਾਰ ਵੱਲੋਂ ਸੀ। ਆਉਣ ਵਾਲੇ ਐਤਵਾਰ ਗੁਰੂ ਕੇ ਲੰਗਰਾਂ ਦੀ ਸੇਵਾ ਸਰਦਾਰ ਹਰਭਜਨ ਸਿੰਘ ਅਤੇ ਸੰਧਾ ਵਾਲੀਆਂ ਪਰਿਵਾਰ ਵੱਲੋਂ ਹੈ। ਆਪ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।